ਆਮ ਇੰਤਖਾਬਾਤ ਦੇ ਤਖਤੇ ਲਾਹੌਰ ਕਹਿੰਦੇ ਹੱਥਾਂ ਸੀ ਮੁਸਲਿਮ ਲੀਗ ਨੂਨ ਤੇ ਤਹਿਰੀਕ ਇਨਸਾਫ ਹਕਮਤ ਦੇ ਅਮਲੀ ਬਣਾ ਗਈ ਵੱਡੇ ਵੱਡੇ ਮੋਹਰੇ ਮੈਦਾਨ ਵਿੱਚ ਲਾ ਗਈ ਦੇ ਜੀਤ ਸੰਗੇ ਹੱਥ ਪੇਰ ਮਾਰਨ ਸ਼ੁਰੂ ਆਪਣੀ ਜ਼ਾਤ ਕਿਤੇ ਨਹੀਂ ਆਇੰਦਾ ਨਸਲਾਂ ਕਿਤੇ ਲੜਦਾ ਪਿਆ 70 ਸਾਲਾਂ ਤੋਂ ਨਾ ਇਨਸਾਫੀ ਥੀਂਦੀ ਪਈ ਏ ਮਜ਼ੀਦ ਕਾ ਨਾ ਥੀ ਵੰਡੇ ਸੂ ਨਵਾਜ਼ ਸ਼ਰੀਫ ਵੋਟ ਦੇ ਤਕੱਦਸ ਕਿਤੇ ਆਵਾਮ ਕੋ ਆਖਿਰ ਤੱਕ ਮੇਰਾ ਸਾਥ ਦੇਵਣਾ ਪੋਸੀ ਕਹੀਂ ਕੋ ਧਾਂਦਲੀ ਕਰਨ ਦੀ ਇਜਾਜ਼ਤ ਕਹਿਣਾ ਦੇ ਸਾਂ ਸਾਬਕ ਵਜ਼ੀਰ ਆਜ਼ਮ ਦਾ ਮੰਡੀ ਬਹਾਉਦੀ ਨੇ ਖਿਤਾਬ ਸਾਬਕ ਸਦਰ ਆਸਿਫ ਅਲੀ ਜ਼ਰਦਾਰੀ ਹਾਮਿਦ ਸਈਦ ਕਾਜ਼ਮੀ ਕੋ ਰਾਜ਼ੀ ਨਾ ਕਰ ਸਕੇ ਹਾਮਿਦ ਸਈਦ ਕਾਜ਼ਮੀ ਦਾ ਕੌਮੀ ਅਸੈਂਬਲੀ ਦੇ ਹਲਕਾ ਨੇ 175 ਤੋਂ ਆਜ਼ਾਦ ਹੈਸੀਅਤ ਤੋਂ ਇਲੈਕਸ਼ਨ ਲੜਨ ਦਾ ਐਲਾਨ ਜ਼ਰਦਾਰੀ ਸਾਹਿਬ ਨਾਰਾਜ਼ਗੀ ਦਾ ਨਹੀਂ ਬਲਕਿ ਨੇਕ ਖਾਹਿਸ਼ਾਂ ਦਾ ਇਜ਼ਹਾਰ ਕੀਤਾ ਹਾਮਿਦ ਸਈਦ ਕਾਜ਼ਮੀ ਦੀ ਮੀਡੀਆ ਨਾਲ ਗਾਲ ਮੁਹਾੜ ਸਾਬਕ ਸਦਰ ਆਸਿਫ ਅਲੀ ਜ਼ਰਦਾਰੀ ਹਾਮਿਦ ਸਈਦ ਕਾਜ਼ਮੀ ਕੋ ਐਨ ਏ 156 ਤੋਂ ਇਲੈਕਸ਼ਨ ਲੜਨ ਦੀਆਂ ਮਿਹਨਤਾਂ ਕੀਤੀਆਂ ਉਹ ਨਾ ਮੰਨੇ ਸ਼ਾਹ ਮਹਿਮੂਦ ਕੁਰੇਸ਼ੀ ਉਹਨਾਂ 60 ਸਾਲਾਂ ਦੇ ਤਾਲੁਕ ਦੀ ਲਾਜ਼ ਰੱਖੀਏ ਮੇਰੇ ਤੇ ਮੇਰੀ ਪਾਰਟੀ ਦੇ ਖਿਲਾਫ ਕਹਿ ਨਹੀਂ ਖੜੇ ਥੇ ਸੀਨੀਅਰ ਰਹਿਨੁਮਾ ਤਹਿਰੀਕ ਇਨਸਾਫ ਆਜ਼ਾਦ ਉਮੀਦਵਾਰ ਦੇ ਸ਼ੁਕਰਗੁਜ਼ਾਰ